ਸੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ, ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਜਿਹੜੇ ਵੀਰ ਚੈਨਲ 'ਤੇ ਨਵੇਂ ਨੇ, ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਲੱਗੇ ਬੈੱਲ ਆਈਕਨ ਨੂੰ ਵੀ ਆਲ 'ਤੇ ਸੈੱਟ ਕਰ ਲਿਓ। ਕਿਸਾਨ ਵੀਰੋ, ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ। ਸੋ ਦੋਸਤੋ, ਇੱਕ ਹੋਰ ਜਿਹੜੀ ਆ ਝੋਟੀ ਹੈਗੀ ਆ, ਉਹ ਵੀ ਆਪਾਂ ਭਾਜੀ ਹੋਣਾ ਤੋਂ ਜ਼ਰੂਰ ਪੁੱਛਾਂਗੇ ਵੀ ਉਸਦੀ ਵੀ ਕੀ ਡਿਟੇਲ ਹੈਗੀ ਆ। ਸੂਈ ਆ ਦੋਸਤੋ, ਤਾਜ਼ੀ ਸੂਈ ਆ, ਕਿੰਨੇ ਦਿਨ ਦੀ ਸੂਈ ਆ, ਕਿੰਨਾ ਮਿਲਕ ਇਸ ਟਾਈਮ ਜਿਹੜਾ ਬੋਲੇ ਦੇ ਵਿੱਚ ਥੱਲੇ ਰੈਡੀ ਆ, ਉਹ ਆਪਾਂ ਪੁੱਛ ਲੈਂਦੇ ਹਾਂ ਬਾਈ ਹੋਰਾਂ ਦੇ ਕੋਲ। ਸੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਠੀਕ ਆ। ਸੋ ਭਾਜੀ, ਇਹ ਵੀ ਜਿਹੜੀ ਝੋਟੀ ਆ, ਕਿਹੜਾ ਏਰੀਏ 'ਚ ਆਪਣੀ ਖੜੀ ਹੈਗੀ ਆ ਜੀ? ਇਹ ਆਪਣਾ ਭਿੱਖੀਵਿੰਡ ਏਰੀਆ ਹੈ ਜੀ। ਠੀਕ ਆ ਜੀ। ਹਾਂਜੀ, ਭਿੱਖੀਵਿੰਡ ਦੇ। ਠੀਕ ਆ ਜੀ, ਭਿੱਖੀਵਿੰਡ ਖਾਸ ਸ਼ਹਿਰ ਦੇ ਵਿੱਚ ਖੜੀ ਆ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਆ ਗਿਆ ਜੀ। ਠੀਕ ਆ ਜੀ। ਇਹ ਬਾਈ ਜੀ ਕਿੰਨਵਾਂ ਸੂਆ ਸੂਈ ਆ ਇਸ ਵਾਰ? ਦੂਜਾ ਸੂਆ ਸੂਈ ਆ, ਮਗਰ ਬੱਚਾ ਜੀ, ਮਗਰ ਕੱਟਾ ਹੈਗਾ ਦੋਸਤੋ ਇਸਦੇ, ਦੂਜਾ ਸੂਆ ਸੂਈ ਆ। ਅਤੇ ਦਿਨ ਬਾਈ ਜੀ ਕਿੰਨੇ ਦੱਸਿਆ ਸੀਗਾ? ਪੰਜ ਕੁ ਦਿਨ ਤਕਰੀਬਨ ਦੋਸਤੋ ਹੋ ਗਏ ਸੂਈ ਨੂੰ। ਬਾਕੀ ਜਿਹੜੀ ਝੋਟੀ ਆ, ਇਹ ਤੁਸੀਂ ਖੁਦ ਨੋਟ ਕਰ ਸਕਦੇ ਹੋ, ਵਧੀਆ ਚੰਗੀ ਜਿਹੜੀ ਮਤਲਬ ਕਿ ਕੱਦ ਕਾਠੀ ਚੰਗਾ ਹੈਗਾ। ਬਾਕੀ ਜਿਹੜਾ ਮੇਰਾ ਵੀਰ ਅੱਗੇ ਲੈ ਕੇ ਜਾਵੇ ਅੱਗੇ ਥੋੜ੍ਹਾ ਜਿਹਾ ਸੇਵਾ ਦਾ, ਕਿਉਂਕਿ ਵਪਾਰ ਲਾਈਨ ਆ ਬਾਈ ਹੋਣਾ ਦੀ, ਵਪਾਰ ਲਾਈਨ 'ਚ ਜਦੋਂ ਅੱਗੋਂ ਕਿਤੇ ਪਸ਼ੂ ਕਿਤੇ ਨਾ ਕਿਤੇ ਆਉਂਦਾ, ਥੋੜ੍ਹਾ ਜਿਹਾ ਕਿਸੇ ਦੀ ਕੇਅਰ ਦਾ ਪਤਾ ਨਹੀਂ ਹੁੰਦਾ ਵੀ ਕੋਈ ਵੱਧ ਕਰਦਾ ਕੋਈ ਘੱਟ ਕਰਦਾ, ਥੋੜ੍ਹਾ ਜਿਹਾ ਬਾਕੀ ਇੱਕ ਤਾਜ਼ੀ ਸੂਨ ਕਰਕੇ ਥੋੜ੍ਹਾ ਜਿਹਾ ਲਿਸਾਪਣ ਮਾੜਾ ਵਿਖਾ ਰਹੀ ਹੈ। ਬਾਕੀ ਜਿਹੜੀ ਝੋਟੀ ਆ ਕੱਦ ਕਾਠ ਦੀ ਸੋਹਣੀ ਹੈਗੀ ਆ, ਵੇਲ ਪੱਖੋਂ ਵੀ ਸੋਹਣੀ ਆ। ਬਾਕੀ ਜਿਹੜੀ ਆਰਡਰ ਦੀ ਕੁਆਲਿਟੀ ਆ ਦੋਸਤੋ, ਉਹ ਜ਼ਰੂਰ ਤੁਸੀਂ ਨੋਟ ਕਰਿਓ, ਕਿਉਂਕਿ ਇਸਦਾ ਜਿਹੜਾ ਆਰਡਰ ਆ ਦੋਸਤੋ, ਬਹੁਤ ਸੋਹਣਾ ਚੰਗਾ ਆਰਡਰ ਇਸ ਨੂੰ ਲੱਗਾ ਹੋਇਆ। ਥਣਾਂ ਦਾ ਜਿਹੜਾ ਗੈਪ ਆ, ਅੰਤਰ ਬਹੁਤ ਜ਼ਿਆਦਾ ਸੋਹਣਾ ਹੈਗਾ ਦੋਸਤੋ। ਮੁੱਠੀ ਪਰ ਥਣ ਹੈਗੇ ਨੇ, ਬਿੱਥੀਆਂ ਅਗਲੇ ਪਿਛਲੇ ਥਣਾਂ ਦੀਆਂ ਬਿਲਕੁਲ ਐਨ ਬਰਾਬਰ ਹੈਗੀਆਂ ਨੇ। ਬਾਕੀ ਬਾਈ ਹੁਣ ਤੋਂ ਪੁੱਛ ਲੈਂਦੇ ਵੀ ਮਿਲਕ ਕਿੰਨਾ ਹੈਗਾ ਬਾਈ ਜੀ? ਬੋਲਾ ਇਸ ਟਾਈਮ ਜਿਹੜਾ ਰੈਡੀ ਹੋਵੇਗਾ ਥੱਲੇ ਜੀ, 10 ਕਿਲੋ ਦੁੱਧ ਆ ਗਿਆ ਜੀ। ਠੀਕ ਆ ਜੀ, ਬੋਲਾ ਜੀ, ਚੌਥਾ ਪੰਜਵਾਂ ਢੰਗ ਹੈ ਸੂਈ ਨੂੰ। ਠੀਕ ਹੈ ਜੀ। ਅਤੇ ਬਾਈ ਜੀ ਕਿੰਨਾ ਪੀਕ ਅਤੇ ਕਿੰਨਾ ਦੁੱਧ ਕਰਦੇ ਜੀ? ਦੁੱਧ ਵੀਰ ਜੀ ਉਹ ਤਾਂ ਚਲੋ ਅਸੀਂ ਤਾਂ ਖਰੀਦ ਕੀਤੀ ਆ, ਸੇਲ ਮਤਲਬ ਲੈਂਦੀ ਆ, ਉਹ ਕਹਿੰਦੇ ਵੀ 13 ਕਿਲੋ ਦੁੱਧ ਕੱਢਦੀ ਆ ਪਹਿਲੇ ਸੂਏ, ਚਲੋ ਐਰ ਕੀ ਵੇਖੋ ਹੁਣ ਕਿੰਨਾ ਕੱਢਦੀ, ਥੋੜ੍ਹੀ ਲਿਸ ਜਿਹਾ। ਹਾਂਜੀ, ਸੜਤਾ ਨਹੀਂ ਸਿਰਾ ਸੂਆ ਪੂਰੀ ਹੋਈ। ਹਾਂਜੀ, ਬਾਕੀ ਝੋਟੀ ਗੁਣ ਹੈਗਾ ਬਈ, ਆਰਡਰ ਦੀ ਕੁਆਲਿਟੀ ਕਾਫੀ ਜ਼ਿਆਦਾ ਸੋਹਣੀ। ਹਾਂਜੀ ਹਾਂਜੀ ਹਾਂਜੀ, ਠੀਕ ਆ। ਸੋ ਕਿਸਾਨ ਵੀਰੋ, ਜਿਹੜਾ ਮਤਲਬ ਕਿ ਮਿਲਕ ਆ ਪੀਕ ਲੈਵਲ 'ਤੇ ਤਕਰੀਬਨ ਆਪਾਂ ਕਾਊਂਟ ਕਰੀਏ ਤਾਂ ਮੇਰੇ ਖਿਆਲ ਨਾਲ ਜਿੱਥੋਂ ਤੱਕ ਮੈਂ ਵੇਖ ਰਿਹਾ ਵੀ ਘੱਟੋ ਘੱਟ ਵੀ 12-13 ਤੈਨੂੰ ਕਰਨਾ ਚਾਹੀਦਾ। ਬਾਕੀ ਥੋੜ੍ਹਾ ਬਾਈ ਹੋਣਾ ਵੀ ਕਿਹਾ ਵੀ ਅਗਲੇ ਘਰੋਂ ਜਿੱਥੋਂ ਆਈਏ ਥੋੜ੍ਹਾ ਲਿਸਾਪਣ ਹੈਗਾ। ਬਾਕੀ ਜਦੋਂ ਅੱਗੇ ਜਾ ਕੇ ਟਿਕਾ ਕੇ ਦੋਸਤੋ ਸੇਵਾ ਹੋਈ, ਤਕਰੀਬਨ ਝੋਟੀ ਨੇ ਭਰ ਜਾਣਾ ਪੂਰਾ। ਸੋ ਬਾਈ ਜੀ ਜਿਹੜੇ ਕੰਟੈਕਟ ਨੰਬਰ ਨੇ ਉਹ ਆਪਣੇ ਜ਼ਰੂਰ ਬੋਲ ਕੇ ਦੱਸ ਦਈਏ। 98-41 ਹਾਂਜੀ, 56-81। ਠੀਕ ਹੈ, 98-41-56-81 ਦੋਸਤੋ ਜਿਹੜੇ ਕੰਟੈਕਟ ਨੰਬਰ ਨੇ। ਸੋ ਬਾਈ ਉਹਨਾਂ ਦਾ ਜਿਹੜੇ ਇਹ ਜਿਹੜੀ ਝੋਟੀ ਹੈਗੀ ਦਿਲਬਾਗ ਸਿੰਘ ਬਾਈ ਹੋਣੀ ਨੇ, ਉਹਨਾਂ ਦੇ ਕੋਲ ਝੋਟੀ ਆ। ਭਿੱਖੀਵਿੰਡ ਏਰੀਆ ਕੋਈ ਫਿਰ ਨੋਟ ਕਰਾ ਦਿੰਦੇ ਹਾਂ, ਜਿਹੜੇ ਮੇਰੇ ਵੀਰ ਭਰਾ ਨੇ ਖਰੀਦਣੀ ਹੈ ਉਹ ਜ਼ਰੂਰ ਇਹਨਾਂ ਨੰਬਰਾਂ 'ਤੇ ਕੰਟੈਕਟ ਕਰਕੇ ਦੋਸਤੋ ਜਿਹੜਾ ਖਰੀਦ ਸਕਦਾ। ਸੋ ਬਾਈ ਜੀ, ਇਹਦਾ ਮੁੱਲ ਜਿਹੜਾ ਆਪਾਂ ਕੀ ਡਿਮਾਂਡ ਕੀ ਕਰਦੇ ਪਏ? 70,000 ਕਰਦੇ ਜੀ, ਲੈਸ ਇਹਦੇ 'ਚ ਮਾਨਤਾ ਨੂੰ ਮੌਕੇ 'ਤੇ ਹੋਣਗੇ ਜੀ, ਮੌਕੇ 'ਤੇ ਵੀਰ ਜੀ ਜਦੋਂ ਕੋਈ ਆ ਜਾਏ ਪੈਸੇ ਮੌਕੇ 'ਤੇ ਹੋ ਹੀ ਜਾਂਦਾ। ਠੀਕ ਆ, ਕਿਸਾਨ ਵੀਰੋ ਜਿਹੜੇ ਵੀਰ ਮੌਕੇ 'ਤੇ ਪਹੁੰਚਦੇ ਨੇ, 70,000 ਰੁਪਇਆ ਡਿਮਾਂਡ ਆ ਵੀ ਮੌਕੇ 'ਤੇ ਪਹੁੰਚਣ ਤੋਂ ਬਾਅਦ ਦੋਸਤੋ ਜਿਹੜਾ ਮਾਨਤਾ ਨਾ ਹੋ ਜਾਏਗਾ, ਜੇ ਤੁਹਾਡੇ ਸਿਲੈਕਟ ਆਉਂਦੀ ਆ ਸਾਰੇ ਬੰਨਿਓ ਫਿੱਟ ਬਹਿੰਦੀ ਆ। ਬਾਕੀ ਵੇਖ ਸਕਦੇ ਹੋ ਦੋਸਤੋ, ਮਿਲਕ ਵੇਨ ਬਰੀਕ, ਬਿਲਕੁਲ ਨਾੜੀਆਂ ਜਿਹੜੀਆਂ ਉੱਭਰੀਆਂ ਹੋਈਆਂ ਨੇ ਥਣਾਂ ਦੇ ਵਿੱਚ, ਕਾਫੀ ਜ਼ਿਆਦਾ ਮਿਲਕ ਵਾਲੀ ਝੋਟੀ ਦੀ ਚੰਗੀ ਜਿਹੀ ਨਿਸ਼ਾਨੀ ਹੁੰਦੀ ਹੈ। ਬਾਕੀ ਆਪਾਂ ਇਹਨੂੰ ਵੀ ਖੋਲ੍ਹ ਕੇ ਇੱਕ ਵਾਰੀ ਜ਼ਰੂਰ ਤੋਰ ਕੇ ਤੁਹਾਨੂੰ ਦਿਖਾਵਾਂਗੇ। ਕਮਾਲ ਜੀ, ਹਾਂਜੀ, ਠੀਕ ਹੈ ਜੀ। ਕੋਈ ਹਾਂਜੀ
ਚਲੋ ਠੀਕ ਹੈ ਜੀ। ਬਾਕੀ ਕਿਸਾਨ ਵੀਰੋ ਤੁਸੀਂ ਆਰਡਰ ਦੀ ਕੁਆਲਿਟੀ ਜਿਹੜੀ ਖੁਦ ਨੋਟ ਕਰ ਸਕਦੇ ਹੋ, ਬਹੁਤ ਸੋਹਣਾ ਚੰਗਾ ਆਰਡਰ ਹੈਗਾ। ਬਾਕੀ ਕਿਸਾਨ ਵੀਰੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ।